بسم اللہ الرحمن الرحیم. السلام علیکم ورحمۃ اللہ وبرکاتہ. خواتین و حضرات، میں فقیر شاہ منصور الحق اور میرے سجے پاسے ہیں عامر چشتی. جی ہاں، میں ہاں فاروق ملک. کیا حال چال ہے؟ تو سر ٹھیک ٹھاک ہی ہوئے، اللہ ہمیں خیر ہوئے، پروردگار ساکو سب کو اپنے حفظ و امان چ رکھے. خواتین و حضرات، جی سو جان دہی ہوئے کہ راز پروگرام اصا یہ جی جاتے ونتے کریندے سے جتھاں کہ لوگاں دا اکھان ہوندے کہ اتھاں ساکو ہی طرح دی شکایت ہے، غیر مرئی مخلوق اتھے ساکو نظریں دی ہے یا اندے اثرات ساکو ملتے ہیں یا ساڑے بال ڈلتے ہیں ڈردے ہیں. اج بھی اساں ہی طرح دی ایک لوکیشن تے موجود ہی سے، مگر مجبوری یہ کافی سارے لوگ آدھے ہیں کہ بھائی تساں علاقے دا نام ضرور دسا کرو. علاقے دا نام ساکو اگر منع کر دیتا ونے، اہل علاقہ ساکو اگر منع کر دیندے ہیں، تو ول اساں اندی پابندی رکھن دے پابند ہوندے سے. سو اج بھی اساں ہی زیادہ نام نہیں دس سکدے کہ یہ بھی گورنمنٹ کوارٹر ہیں، اساں انہاں کو نام گھنتے کو ہائی لائٹ نہیں کر سکتے. اور گالیں کافی ساری ہیں پروگرام شروع کرنے، کچھ معاملات ہی طرح دے ہیں، انہاں کو ڈسکس کرنا چاہساں شارٹ شارٹ اچ. جڑے احباب سب تو پہلے جڑے احباب پروگرام کو پسند کریں دین یوٹیوب تے اپنی محبتاں منیں دے ہیں، راز کیا ہے دی پوری ٹیم الوں وسیب ٹی وی دی پوری ٹیم الوں، میں انہاں کو محبتاں سلام اور ڈھیر ساری دعائیں پیش کریں نا، ਇਵੇਂ ਹੀ ਮੁਹੱਬਤਾਂ ਮੰਨਦੇ ਰਹੇ. ਸੋ ਸੰਦੀਪ ਸਿੰਘ ਸਾਹਿਬ ਸਿਡਨੀ 'ਚ ਹੁੰਦੇ ਨੇ, ਉਹਨਾਂ ਦੇ ਬਹੁਤ ਸਾਰੇ ਅੰਗਰੇਜ਼ ਦੋਸਤ ਜਿਹੜੇ ਕਿ ਸਾਡੇ ਵਸੇਬ ਚੈਨਲ ਦੇ ਰਾਜ਼ ਕਿਆ ਹੈ ਦੀ ਟੀਮ ਕੋ ਸ਼ੋਅ ਕੋ ਪਸੰਦ ਕਰਦੇ ਨੇ. ਸੰਦੀਪ ਸਿੰਘ ਸਾਹਿਬ ਉੱਥੇ ਬਹਿ ਕੇ ਉਹ ਇੰਗਲਿਸ਼ 'ਚ ਟ੍ਰਾਂਸਲੇਟ ਕਰਦੇ ਹਨ ਸਾਡੇ ਜੋ ਵੀ ਗੱਪਸ਼ਪ ਹੁੰਦੀ ਹੈ, ਤਾਂ ਉਹ ਜਿਹੜੇ ਅੰਗਰੇਜ਼ ਦੋਸਤ ਹਨ ਉਹ ਬਹੁਤ ਖੁਸ਼ ਥੀਂਦੇ. ਉਹਨਾਂ ਕੋਈ ਆਸਟ੍ਰੇਲੀਆ ਸਿਡਨੀ ਦੇ ਜਿਹੜੇ ਦੋਸਤ ਅਹਬਾਬ ਸਾਡੇ ਉੱਥਾਂ ਅੰਗਰੇਜ਼ ਭਾਈ ਹਨ, ਸਾਡੇ ਮੁਸਲਿਮ ਗੈਰ ਮੁਸਲਿਮ ਜਿਹੜੇ ਭਾਈ ਹਨ ਪਸੰਦ ਕਰੇਂਦੇ, ਉਹਨਾਂ ਕਿਤੇ ਢੇਰ ਸਾਰੀ ਦੁਆਈ ਕਰੇ ਨਾ ਔਰ ਮੁਹੱਬਤਾਂ ਪੇਸ਼ ਕਰੇ ਨਾ. ਬਾਕੀ ਇਨਸ਼ਾ ਅੱਲਾਹ ਤਾਲਾ ਜਿਵੇਂ ਸੋ ਜਾਣਦੇ ਹੀ ਵੀ ਕਿ ਅਸਾਂ ਸਾਡਾ ਮਕਸਦ ਬਿਲਕੁਲ ਇਹ ਕਹਿ ਨਹੀਂ ਕਿ ਅਸਾਂ ਝੂਠ ਕੋ ਪ੍ਰਮੋਟ ਕਰੂੰ ਜਾਂ ਵਲਾ ਹੀ ਤਰ੍ਹਾਂ ਦੀ ਜਾਤ ਜਿੱਥੇ ਕਿ ਕੁਝ ਹੀ ਨਾ ਹੋਵੇ, ਅਸਾਂ ਉਕੂੰ ਉੱਥਾਂ ਕੁਝ ਨਾ ਕੁਝ ਬਣਾ ਤੇ ਤੁਹਾਡੇ ਸਾਹਮਣੇ ਪੇਸ਼ ਕਰੂੰ. ਪਿਛਲਾ ਜਿਹੜਾ ਪ੍ਰੋਗਰਾਮ ਅਸਾਂ ਕੀਤਾ ਹੈ ਉਹਦੇ 'ਚ ਉੱਥਾਂ ਕੁਝ ਨਾ ਹਾਈ, ਇੱਕ ਦੌਰ ਹਾਈ ਕਿ ਉੱਥਾਂ ਉਹ ਨਿਜ਼ਾਮ ਹਾਈ, ਮਗਰ ਹੀ ਵੇਲੇ ਜਿਹੜੇ ਵਕਤ ਜਿਸ ਪ੍ਰੋਗਰਾਮ ਕੀਤੇ ਉੱਥਾਂ ਕੁਝ ਹੀ ਨਾ ਆਈ. ਸੋ ਸਾਡਾ ਮਕਸਦ ਇਹ ਹੈ ਅਹਿਲੇ ਇਲਾਕਾ ਜਿਹੜੇ ਹਨ ਜਾਂ ਉਹ ਅਹਬਾਬ ਜਿਹੜੇ ਕਿ ਹੀ ਤਰ੍ਹਾਂ ਦੀ ਜ਼ਦ ਮਹਿਸੂਸ ਕਰਦੇ ਹਨ, ਹੀ ਤਰ੍ਹਾਂ ਦਾ ਵਜ਼ਨ ਮਹਿਸੂਸ ਕਰਦੇ ਹਨ, ਅਸਾਂ ਉਹਨਾਂ ਕੋਲ ਕਲੀਅਰ ਕਰੂੰ. ਸੋ ਅੱਜ ਵੀ ਸਾਡੀ ਇਹੋ ਕੋਸ਼ਿਸ਼ ਹੋ ਸੀ, ਸੱਚ ਦੀ ਬੁਨਿਆਦ 'ਤੇ ਇਨਸ਼ਾ ਅੱਲਾਹ ਤਾਲਾ ਅਸਾਂ ਆਪਣੇ ਸ਼ੋਅ ਨੂੰ ਰਿਕਾਰਡ ਕਰੇ ਸੂੰ, ਇਨਵੈਸਟੀਗੇਸ਼ਨ ਕਰੇ ਸੂੰ, ਔਰ ਜੋ ਹਕੀਕਤ ਹੋ ਸੀ ਇਨਸ਼ਾ ਅੱਲਾਹ ਤਾਲਾ ਅੱਲਾਹ ਦੀ ਮਦਦ ਔਰ ਉਹਦੀ ਤੋਫੀਕ ਦੇ ਨਾਲ ਤੁਹਾਡੇ ਸਾਹਮਣੇ ਜ਼ਰੂਰ ਪੇਸ਼ ਕਰੂੰ. ਕਿਆ ਦੇਵੇ ਫਾਰੂਕ ਭਾਈ? ਹਾਂ ਬਿਲਕੁਲ ਸ਼ਾਹ ਸਾਹਿਬ, ਮੈਂ ਵੀ ਇਹੋ ਆਖਣਾ ਚਾਹਾਂ ਜਿਵੇਂ ਤੁਸੀਂ ਲੈਂਗੁਏਜ ਦੀ ਗੱਲ ਕੀਤੇ ਹੋਏ ਕਿ ਜ਼ਬਾਨ ਵਾਕਈ ਮਤਲਬ ਸਾਰਾ ਪ੍ਰੋਗਰਾਮ ਬਹੁਤ ਜ਼ਿਆਦਾ ਮਸ਼ਹੂਰ ਥੀ ਗਏ ਕਿ ਜ਼ਬਾਨ ਜ਼ਾਹਿਰ ਮਸਲਾ ਬਣ ਰਿਹਾ ਜਿਵੇਂ ਤੁਸੀਂ ਅੰਗਰੇਜ਼ੀ ਦੀ ਗੱਲ ਕੀਤੇ ਹੋਏ. ਬਾਕੀ ਕਾਫੀ ਦੋਸਤ ਹਨ ਪਿਸ਼ਾਵਰ ਦੇ ਜਿਹੜੇ ਕਿ ਸਾਊਦੀਆ 'ਚ ਰਹਿੰਦੇ ਨੇ, ਉਹਨਾਂ ਨੇ ਮੇਰੇ ਕੋਲ ਬਾਹਰ ਰਿਕੁਐਸਟ ਕੀਤੀ ਹੈ ਕਿ ਯਾਰ ਇੱਕ ਤੁਸੀਂ ਉਰਦੂ 'ਚ ਕੀਤਾ ਕਰੋ, ਸਭ ਕੁਝ ਕੱਖ ਵੀ ਸਮਝ ਨਹੀਂ ਆਉਂਦੀ, ਲੇਕਿਨ ਅਸਾਂ ਪ੍ਰੋਗਰਾਮ ਰੈਗੂਲਰ ਦੇਖਦੇ ਸੀ ਅਤੇ ਲਾਜ਼ਮੀ ਦੇਖਦੇ ਸੀ ਅਤੇ ਬਾਰ ਬਾਰ ਨਾ ਨੰਬਰ ਦੀ ਮਤਲਬ ਡਿਮਾਂਡ ਕਰਦੇ ਪੈਣਗੇ, ਸਾਨੂੰ ਨੰਬਰ ਵੀ ਦੱਸੋ, ਸਾਡਾ ਨੰਬਰ ਪਤਾ ਹੋਵੇਗਾ, ਸਾਨੂੰ ਜਿੱਥੇ ਮੈਸੇਜ ਕਰ ਸਕੋ, ਕਾਲ ਕਰ ਸਕੋ, ਸਕਰੀਨ ਦੇ ਉੱਤੇ ਚੱਲਦੇ ਆ ਵਟਸਐਪ ਨੰਬਰ ਹੈ, ਉਹਦੇ ਉੱਤੇ ਤੁਸੀਂ ਸਿਰਫ ਅਸੀਂ ਸਾਨੂੰ ਮੈਸੇਜ ਕਰ ਸਕਦੇ ਵੇ, ਜਾਂ ਅਗਰ ਤੁਹਾਡੇ ਕੋਲ ਕੋਈ ਇਹੋ ਜਿਹੀ ਪਿਕਚਰ ਹੈ ਜਾਂ ਇਹੋ ਜਿਹੀ ਵੀਡੀਓ ਹੈ ਜਾਂ ਇਹੋ ਜਿਹੀ ਕੋਈ ਲੋਕੇਸ਼ਨ ਹੈ ਸਾਨੂੰ ਅਗਰ ਦਿਖਾਉਣਾ ਚਾਹੁੰਦੇ ਵੇ, ਦੱਸਣਾ ਚਾਹੁੰਦੇ ਵੇ ਪਾਕਿਸਤਾਨ ਦੇ ਵਿੱਚ ਜਿੱਥਾ ਵੀ ਹੈ, ਅਸਾਂ ਉਹਦੇ ਉੱਤੇ ਉਸ ਸਮਾਂ 'ਤੇ ਉਹ ਜਗ੍ਹਾ ਦਾ ਰਾਜ਼ ਕਿਆ ਹੈ ਜ਼ਰੂਰ ਉਹਦੀ ਖੋਜ ਲੈ ਸੂੰ ਅਤੇ ਨੰਬਰ ਬਿਲਕੁਲ ਸਕਰੀਨ 'ਚ. ਉਹਦੇ ਬਾਅਦ ਤੁਸੀਂ ਯੂਟਿਊਬ 'ਤੇ ਜਿਹੜੇ ਜਿਹੜੇ ਦੋਸਤ ਹਨ ਜਿਵੇਂ ਤੁਸੀਂ ਦੱਸਿਆ ਵੇ ਕਿ ਆਪਣੇ ਮੁਹੱਬਤਾਂ ਵੰਡੇ ਦਿਨ ਕਮੈਂਟ ਕਰਦੇ ਦਿਨ, ਬਹੁਤ ਜ਼ਿਆਦਾ ਕਮੈਂਟ ਆਉਂਦੇ ਪੈਣ, ਉਹਨਾਂ ਦਾ ਸ਼ੁਕਰੀਆ. ਅਤੇ ਫੇਸਬੁੱਕ 'ਤੇ ਸਾਰਾ ਪੇਜ ਹੈ ਰਾਜ਼ ਕਿਆ ਹੈ ਦੇ ਨਾਂ 'ਤੇ, ਉਹ ਵੀ ਤੁਸੀਂ ਲਾਈਕ ਕਰ ਸਕਦੇ ਹੋ, ਉੱਥਾਂ ਵੀ ਕਮੈਂਟ ਵਗੈਰਾ 'ਤੇ ਇਨਬੋਕਸ ਕਰ ਸਕਦੇ ਹੋ. ਜੀ ਖਵਾਤੀਨ ਹਜ਼ਰਾਤ, ਮੁਖਤਸਰ 'ਚ ਇਹ ਹੈ ਕਿ ਜਿਹੜਾ ਸਾਡਾ ਵਟਸਐਪ ਨੰਬਰ ਹੈ ਉਹਦੇ 'ਤੇ ਸਿਰਫ ਔਰ ਸਿਰਫ ਮੈਸੇਜ ਵੇ ਸੀ, ਕਾਲ ਨਾ ਵੇ ਸੀ, ਕਾਲ ਦੀ ਤੁਸੀਂ ਜ਼ਹਿਮਤ ਨਾ ਕਰਾਏ. ਤੁਸੀਂ ਉੱਥਾਂ ਅਗਰ ਤੁਹਾਡੇ ਨਜ਼ਦੀਕ ਕੋਈ ਇਹੋ ਜਿਹੀ ਲੋਕੇਸ਼ਨ ਹੈ ਜਿਹੜੀ ਕਿ ਡੇਂਜਰਸ ਹੈ, ਖਤਰਨਾਕ ਹੈ, ਤੁਸੀਂ ਉਹਦੇ ਬਾਰੇ ਸਾਨੂੰ ਇਨਫਾਰਮ ਕਰ ਸਕਦੇ ਹੀ. ਅਮਰ ਭਾਈ, ਤੁਸੀਂ ਕੁਝ ਆਖਣਾ ਚਾਹੋ? ਨਹੀਂ ਸਰ, ਬਸ ਠੀਕ ਹੈ, ਜਿਹੜਾ ਕੁਝ ਤੁਸੀਂ ਆਖੇ ਹੋਏ ਬਿਹਤਰ ਆਖ ਛੋੜੇ. ਬਾਕੀ ਉਰਦੂ ਵਾਲੀ ਗੱਲ ਤਾਂ ਵਾਕਈ ਸਹੀ ਕਿ ਬਹੁਤ ਸਾਰੇ ਲੋਕਾਂ ਕੋਲ ਉਹਦਾ ਮਸਾਇਲ ਹਨ ਪੇ, ਲੇਕਿਨ ਅਗਰ ਉਹ ਪੱਟੀ ਚੱਲ ਵੰਨੇ ਤਾਂ ਮੇਰੇ ਖਿਆਲ ਬਹੁਤ ਸਾਰਾ ਬਿਹਤਰ ਥੀ ਵੈਸੇ. ਜੀ ਇਨਸ਼ਾ ਅੱਲਾਹ ਤਾਲਾ, ਜ਼ਰੂਰ ਕੋਸ਼ਿਸ਼ ਕਰੇ ਸੂ. ਖਵਾਤੀਨ ਹਜ਼ਰਾਤ, ਇਨਵੈਸਟੀਗੇਸ਼ਨ ਸ਼ੁਰੂ ਕਰਦੇ ਸੀ, ਸਾਡੇ ਨਾਲ ਕੁਝ ਦੋਸਤ ਅਹਿਲੇ ਇਲਾਕਾ ਮੌਜੂਦ ਹਨ, ਉਹਨਾਂ ਦੇ ਕੋਲੋਂ ਜ਼ਰਾ ਹੀ ਜ਼ਿਆਦਾ ਰਾਜ ਚਾਹ ਗਿੰਦੇ ਸੀ ਕਿ ਇੱਥੋਂ ਉਹਨਾਂ ਨੂੰ ਕਿਆ ਮਹਿਸੂਸ ਥੇ, ਵਾਲ ਸਾਡੀ ਫੀਲਿੰਗਸ ਕਿਆ ਹਨ, ਮੈਂ ਆਖਰ ਮੈਂ ਹਕੀਰ ਦਾ ਇਲਮ ਅਮਲ ਇੱਥਾਂ ਕਿਆ ਆਦੇ, ਉਹਦੀ ਜਿਹੜੀ ਵਜ਼ਾਹਤ ਹੈ ਉਹ ਵਾਲ ਪ੍ਰੋਗਰਾਮ ਤੋਂ
ਬਾਅਦ ਇਨਸ਼ਾਅੱਲਾ ਪ੍ਰੋਗਰਾਮ ਦੇ ਵਿੱਚ ਜਿਵੇਂ ਵੀ ਹੋ ਸੀ ਉਹ ਕਰਿੰਦੇ ਰਹਿਵੇ ਸੂ ਆਓ ਅਹਿਲੇ ਇਲਾਕਾ ਦੇ ਨਾਲ ਮਿਲਦੇ ਸੀ। ਅਸਲਾਮ ਵਾਲੇਕੁਮ, ਕਿਆ ਹਾਲ ਹੈ ਜਨਾਬ? ਤਬੀਅਤ ਠੀਕ ਹੈ? ਅੱਛਾ, ਸਰਾਇਕੀ ਅਲੇ ਸੋ ਜਾਂ ਉਰਦੂ 'ਚ ਗੱਲ ਕਰੇ? ਸਰਾਇਕੀ ਅਲੇ ਸੋ, ਜ਼ਿੰਦਾਬਾਦ। ਅੱਛਾ, ਇਹ ਦੱਸੇ ਸੋ ਕਿ ਇੱਥੇ ਤੁਸੀਂ ਕਿਆ ਮਹਿਸੂਸ ਕੀਤੇ? ਇੱਥੇ ਬਹੁਤ ਐਸੇ ਵਾਕਿਆ ਥੇ ਜੋ ਕਹਿਣ ਕਿ ਇੱਥਾਂ ਆਵਾਜ਼ਾਂ ਆਈਆਂ ਅਕਸਰ ਦੇ, ਇੱਥਾਂ ਬਹੁਤ ਨਾਚ ਸਾਂ ਵਿੱਚੋਂ ਛਿਚੋਂ ਆਸਾਤ ਥੇ ਜੋ ਕਹਿੰਦੇ ਇੱਥਾਂ ਆਵਾਮ ਇੱਥੇ ਰਹਿੰਦੇ ਨਹੀਂ, ਇੱਥਾਂ ਜਿਹੜੇ ਇਹਨਾਂ ਦੇ ਸਮਾਨ ਸੱਟ ਕੇ ਚੱਲੇ ਜਾਂਦੇ, ਸਮਾਨ ਜਾਣੇ ਨਹੀਂ ਆਉਂਦੇ ਇੱਥੋਂ। ਅੱਛਾ, ਕੋਈ ਇਹੋ ਜਿਹਾ ਯਾਦਗਾਰ ਵਾਕਿਆ ਕੋਈ ਹੀ ਤਰ੍ਹਾਂ ਦਾ ਜਿਹੜਾ ਕਿ ਕਾਫੀ ਖੌਫਨਾਕ ਹੋਵੇ? ਅੱਗੇ ਲੋਕ ਰਹਿੰਦੇ ਹਨ ਉਹ ਇਵੇਂ ਹਫ਼ਤੇ ਇੱਕ ਰਹਿਣ ਦੇ ਉੱਠ ਕੇ ਚਲੇ ਗਏ, ਉਹ ਦਿਨ ਕੋਈ ਵਾਕਿਆ ਥੇ ਚਲੇ ਗਏ, ਕਈ ਗੁੜ ਸਾਹਿਬ ਕੋਈ ਨਹੀਂ ਚਲੇ ਗਏ। ਅੱਛਾ, ਮਗਰ ਇਹ ਕਨਫਰਮ ਹੈ ਕਿ ਉਹਨਾਂ ਦੇ ਨਾਲ ਕੋਈ ਇਹੋ ਜਿਹਾ ਮਾਮਲਾ ਥਿਆ ਹੈ? ਜੀ ਜੀ। ਅੱਛਾ, ਤੁਸੀਂ ਕੀ ਆਖਣਾ ਚਾਹੋਗੇ? ਮੈਂ ਵੀ ਇਹੋ ਆਦਮ ਕਿ ਇੱਥੇ ਬਈ ਬਹੁਤ ਕਮ ਲੋਕ ਰਹਿਣ ਅਤੇ ਹੱਥ ਸਾਹ ਤੋਂ ਬਚਣ ਚਾਹਦੇ ਨੇ, ਉਹ ਆਦਮ ਕਿ ਐਸਾ ਹੀ ਥਾਂ ਨਹੀਂ ਰਹਿਣ ਦੇ ਕਿ ਬਈ ਇਹ ਕੁਛ ਸਹੀ ਵਗੈਰਾ ਕਰੋ ਅਤੇ ਦੋਸਤ। ਅਸਾਂ ਹੁਣ ਆਪਣਾ ਕੰਮ ਸ਼ੁਰੂ ਕਰੇ ਸੋ ਇਨਸ਼ਾਅੱਲਾ ਤਾਲਾ। ਜੀ ਖਵਾਤੀਨੋ ਹਜ਼ਰਾਤ, ਅਮਲਿਆਤ ਗੈਰ ਮਰਈ ਮਖਲੂਕ ਦਾ ਮੌਜੂਦ ਹੋਵਣ ਉਹ ਲਾਜ਼ਿਮ ਜਿਹੀ ਗੱਲ ਹੈ। ਕਾਫੀ ਸਾਰੀਆਂ ਗੱਲਾਂ ਗੜਮੜ ਥੀਂਦੀਆਂ ਪਈਆਂ ਜ਼ਿਹਨ 'ਚ। ਇੱਕ ਇਹ ਵੀ ਗੱਲ ਥੀਂਦੀ ਪਈ ਹੈ ਫਾਰੂਕ ਭਾਈ ਕਿ ਗਾਲੀ ਢੇਰ ਸਾਰੀ ਕਰੇਂਦੇ, ਬੁਲੇਂਦੇ ਜ਼ਿਆਦਾ ਹਨ, ਇਨਵੈਸਟੀਗੇਸ਼ਨ ਘੱਟ ਕਰੇਂਦੇ ਹਨ। ਖਵਾਤੀਨੋ ਹਜ਼ਰਾਤ, ਇੱਥਾਂ ਫਿਰ ਤੁਰ ਤੇ ਅਸਾਂ ਪ੍ਰੋਗਰਾਮ ਕਰਦੇ ਲੱਗੇ ਵੰਜੋ ਜਾਂ ਉਹਦੇ 'ਚ ਕੋਈ ਆਪਣੇ ਨੂੰ ਕੋਈ ਸ਼ਾਇਦ ਪਾ ਦਿਓ ਤਾਂ ਆਪ ਤਾਂ ਉਹਦਾ ਪਤਾ ਕਿਆ ਨਾ ਚੱਲ ਸੀ। ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਵਸੇਬ ਟੀ ਵੀ ਦਾ ਇਹ ਜਿਹੜਾ ਸ਼ੋਅ ਹੈ ਇਹਦੇ 'ਚ ਅਸਾਂ ਅੱਲਾਹ ਅਤੇ ਅੱਲਾਹ ਦੇ ਰਸੂਲ ਦਾ ਜਿਹੜਾ ਪੈਗਾਮ ਹੈ ਹੀ ਮਤ ਦੇ 'ਚ ਹੀ ਮਸਾਇਲ ਦੇ ਵਿੱਚ ਅਸਾਂ ਉਹ ਕੋਈ ਡਿਸਕਸ ਕਰੂੰ ਕਿ ਇਹ ਮਸਾਇਲ ਕਿਉਂ ਥੀਂਦੇ ਹਨ, ਇਹਨਾਂ ਦਾ ਹੱਲ ਕਿਆ ਹੈ ਔਰ ਕਿਵੇਂ ਇਹਨਾਂ ਕੋਲੋਂ ਬੱਚਾ ਬਣ ਸਕਦੇ। ਇਹ ਜਿਹੜੀ ਗੁਫ਼ਤਗੂ ਹੈ, ਇਹ ਜਿਹੜੇ ਲਫ਼ਜ਼ ਹਨ, ਇਹ ਜਿਹੜੀ ਲਫਾਜ਼ੀ ਹੈ, ਇਹ ਆਸਾਨ ਕਹਿ ਨਹੀਂ। ਸਭ ਤੋਂ ਪਹਿਲੇ ਤਾਂ ਮਲੂਮਾਤ ਹੋਵੇ ਔਰ ਵੱਲ ਮਲੂਮਾਤ ਵੀ ਅਥੈਂਟਿਕ ਹੋਵੇ ਤਾਂ ਵੱਲ ਬੰਦਾ ਅਲਾ ਸਕਦੇ ਬੋਲ ਸਕਦਾ। ਸੋ ਇਹ ਮਜਬੂਰੀ ਹੈ ਤਾਂ ਕਿ ਤੁਹਾਨੂੰ ਅਵੇਅਰਨੈਸ ਹੋਵੇ ਔਰ ਹੀ ਜਗ੍ਹਾ ਦੀ ਜਿਹੜੀ ਜਾਂ ਕਿਸੇ ਵੀ ਲੋਕੇਸ਼ਨ ਦੀ ਜਿਹੜੀ ਉਹ ਸਾਡੀ ਫੀਲਿੰਗਸ ਹੁੰਦੇ ਹਨ, ਸਾਡੇ ਉਹ ਜਿਹੜੇ ਜਜ਼ਬਾਤ ਹੁੰਦੇ ਹਨ, ਉਹ ਹੀ ਅਸਾਂ ਲਫ਼ਜ਼ਾਂ ਦੇ ਨਾਲ ਜਿਹੜੇ ਹਨ ਉਹਨਾਂ ਦੀ ਵਜ਼ਾਹਤ ਕਰ ਸਕਦੇ ਸੀ। ਇੱਕ ਬਈ ਗੱਲ ਕਾਫੀ ਮਰਤਬਾ ਉਹ ਕੋਈ ਡਿਸਕਸ ਕੀਤੇ ਅੱਜ ਦੇ ਪ੍ਰੋਗਰਾਮ ਵਿੱਚ ਬਿਲਖਸੂਸ ਹੀ ਮੈਟਰ ਕੋ ਡਿਸਕਸ ਕਰੇ ਸਾਂ। ਕਾਫੀ ਸਾਰੇ ਲੋਕ ਸਾਡੇ ਅਹਬਾਬ ਆਦਿਨ ਕਿ ਜੀ EMF ਉਹ ਜਿਹੜੀ ਹੈ ਡਿਵਾਈਸ ਹੁੰਦੀ ਉਹ ਯੂਜ਼ ਕਰੋ ਤੁਸੀਂ। ਖਵਾਤੀਨੋ ਹਜ਼ਰਾਤ, ਇਹ ਬੇਜਾਨ ਹੈ, ਇਹ ਚੀਜ਼ ਬੇਜਾਨ ਹੈ, ਇਹਦੇ 'ਤੇ ਉਹਦਾ ਅਸਰ ਮੇਰੀ ਅਕਲ ਤੋਂ ਬਾਹਰ ਹੈ। ਅਗਰ ਇਹੋ ਜਿਹੀਆਂ ਚੀਜ਼ਾਂ ਗੈਰ ਮਰਈ ਮਖਲੂਕ ਦੀ ਮੌਜੂਦਗੀ ਦਾ ਅਹਿਸਾਸ ਦੇ ਸਕਦੀਆਂ ਹਨ ਤਾਂ ਵੱਲ ਜਿਹੜੇ ਆਮਲੀਨ ਕਾਮਲੀਨ ਸਾਲਾਂ ਸਾਲ ਰਿਆਸਤਾਂ ਕਰਿੰਦੇ ਹਨ ਉਹ ਕਿਹੜੇ ਵਾਸਤੇ ਕਰਿੰਦੇ ਹਨ? ਅਸਾਂ ਢੇਰ ਸਾਰੀ ਖਤਰਨਾਕ ਜਗ੍ਹਾ 'ਤੇ ਖੜ੍ਹੇ ਸੀ, ਇਹ ਪਰਿੰਦਾ ਸਾਡੇ ਸਿਰ 'ਤੇ ਖਵਾਤੀਨ ਜ਼ਰਾ ਤੁਸੀਂ ਲੀਹਦੇ ਪਏ ਵੇ, ਪਰ ਇਹ ਹੁਣ ਕੀ ਹੈ, ਇਹ ਕਾਫੀ ਦੇਰ ਦਾ ਸਾਡੇ ਸਿਰ 'ਤੇ ਉੱਡਦਾ ਪਿਆ ਹੈ। ਇੱਕ ਬਈ ਗੱਲ ਹੀ ਕਰਨਾ ਬਹੁਤ ਅਹਿਮ ਹੈ ਦੋ ਸਾਤ ਦਿਨ ਕਿ ਤੁਸੀਂ ਇਹਨਾਂ ਦੇ ਨਾਲ ਟਾਕ ਕੀਤੀ ਕਰੋ, ਗਾਲ ਕੀਤੀ ਕਰੋ, ਮੁਜ਼ਾਕਰਾਤ ਕੀਤੀ ਕਰੋ। ਖਵਾਤੀਨ ਹਜ਼ਰਾਤ, ਇਹ ਵੀ ਹਕੀਕਤ ਨਹੀਂ, ਹਕੀਕਤ ਇਹ ਹੈ ਮਿਸਾਲ ਦੇ ਤੌਰ 'ਤੇ ਆਮਿਰ ਭਾਈ ਖੜ੍ਹੇ ਹਨ, ਆਮਿਰ ਭਾਈ ਅਗਰ ਮਸਰੂ ਰੂਹਾਨੀ ਬਿਮਾਰ ਥੀ ਵੇਂਦੇ ਹਨ, ਇਹਨਾਂ 'ਤੇ ਅਸਰ ਥੀ ਵੇਂਦੇ, ਉਹ ਜਿਹੜੀ ਮਖਲੂਕ ਹੈ ਉਹ ਆਪ ਨਾ ਅਲੇ ਸੀ, ਉਹ ਇਹਨਾਂ ਦੇ ਵਿੱਚ ਅਲੇ ਸੀ ਜਾਂ ਕਿਸੇ ਹੂੰ ਮਰੀਜ਼ 'ਚ ਅਲੇ ਸੀ ਜਿਹਨੂੰ ਉਹ ਅਸਰ ਹੋ ਸੀ। ਔਰ ਵੱਲ ਇੱਕ ਬਈ ਅਹਿਮ ਜਿਹੜੀ ਗੱਲ ਹੈ ਉਹ ਇਹ ਹੈ ਕਿ ਅਸਾਂ ਜਿਹੜੀ ਲੋਕੇਸ਼ਨ 'ਤੇ ਮਿਲਦੇ ਹੀ ਸੀ ਅਸਾਂ ਆਪਣੇ 'ਤੇ ਇਹੋ ਜਿਹੇ ਦਾਇਰੇ ਖੜ੍ਹੇ ਕਰ ਗਿੰਦੇ ਸੀ, ਸ਼ਰਾਰਤ ਕਰਨੀ ਜੀ ਕੋ ਆਦਿਨ ਅਸਾਂ ਸ਼ਰਾਰਤ ਕਰ ਗਿੰਦੇ ਸੀ ਕਿ ਇਹਦੇ ਨਾਲ ਉਹ ਜਿਹੜੀ ਮਖਲੂਕ ਹੈ ਉਹ ਜ਼ਹਿਰ ਥੀ ਮੰਜੇ। ਸੋ
اج بھی اساں ہی طرح دا نظام کیتے بیٹھے سے اگر ایتھا کوئی مخلوق ہے تو انشاءاللہ تعالی او زہر تھی سی ساڈے نال شرارتاں تھی سن اے بے جان چیز ایندے تے ٹرسٹ نہ رکھو ٹرسٹ رکھو انسان تے جڑا جیندا جیندا جاگدا ہے اور اللہ دے رسول صلی اللہ علیہ وسلم دی امت چو ہے سو انشاءاللہ تعالی آو وال رال تے اساں لوکیشن کو دیکھوں لوکیشن سا کو کیا آتی ہے بیٹری دسو ہاں اے میرے گھر اچھا جی چلیے آواز کیڑی چیز اے جانور ہے کافی سارا جڑا ہے او شور شرابہ تھی کہ جویں کہ گول کو اساں چھیل دیتے خیر جی خواتین حضرات آؤ ساڈے نال بسم اللہ الرحمن الرحیم بسم اللہ توکلت الی اللہ ولا حول ولا قوۃ الا باللہ چلو دیکھتے سے اچھا ایک بھی گال یہ ہے کہ اکثر و بیشتر سرکاری کوارٹر ہی خالی ہوں دن اور سرکاری دا اے ہوندا نا شاہ صاحب کہ ایتھا اوان پوان نے بندے آتے رہندے ہیں جی ہاں مطلب کہیں بھی تے پرمننٹ کنی رہنا ہوندا اے تساں بہو بہترین گل کرن دے پئے ٹھیک ہے تے جویں او بھائی آدے پیان کہ ایتھا کو ایو جے واقعہ تھینے او چھوٹے تو چلے بندے ہم اکثر ای بھی تھیندے کہ جڑے کرایہ دے مکان ہوندے نا نوید خواتین حضرات اے تساں دیکھ سکدے ہیوے اے جالے جڑے ہیں اے ہی گال دی گمازی ہیں اندیا ہے کہ اتھاں عرصہ دراز تھی گے رہائش کینی اے تساں سی بھی لیکھ سکدے وے ساری ویرانی چیخ چیخ تے آدھی پئی ہے کہ اتھاں جڑا وزن ہے یا جو بھی ہے وہ بندیاں کو مجبور کریں دے کہ اتھاں وہ نہ رہو اللہ اکبر کبیرہ سامان کچھ ہی نہیں پیا مگر ایک تالا ہے نواں ہے مطلب اتنا ہی نواں کہ نہیں مٹی شٹی جی پی ہے یہ کافی عرصے کا لگتا پیا اللہ اکبر اساں ڈھیر ساری خطرناک جا تے کھڑے سے اے پرندہ ساڈے سر تے خواتین ذرا تساں دے دے پے پر ہن گئے اے کافی دیر دا ساڈے سر تے اڑدا پیا ہے اور اے تساں دیکھو اے کھک ہے بھونڈاں دا اور اگر اے چھڑ گیا تاں اے نقصان کرے سی سو سب کو زیادہ دیر اتھاں نہیں رکنا چاہیے لیکن میرے کو ایک شے دی سمجھ نہیں آتی کہ اے پرندہ جڑا ہے اپنے ہر پروگرام میں شامل جی ہاں جی ہاں جی ہاں اور ایک پروگرام اس طرح تو سن تو کو یاد ہو سی ان دی شکل ہی بدل گئی ہے پہلے کو جائی میں کو میرے نال جڑی حالت جی ہاں جی ہاں جی ہاں جی ہاں جی ہاں اوتھے ایئر کوئی آ گئی نہیں میں تھوڑا جا اگے ٹر دے سے خواتین و حضرات اے روم ہی پاسو بند ہے اور ان دی ویرانی تک ان دسین دی پیو سی کہ اے کافی سالوں تو کھلا کہ نہیں اللہ اکبر کبیرہ اچھا اچھا یہ کو دیکھو اے پرندہ وال اتھاں آ گئی ہے چلو خیر سو فاروق ایک بڑی مزیدار جی گال ہے کہ میری فیلنگز اتنا بن بھی کہنی پئی حالانکہ میں دو مرتبہ وہ نظام کر چکا ہوں پسینہ میں کوئی واسطے آ گیا ہے کہ وہ جڑا میں کلام پڑھے اندھے نال بہت زیادہ گرمی تھی ویندی ہے اور وال گرمی بے شک کتنی کہنی مگر ہوں کلام دی اپنی ہی گرمی ہے اے تسیں دیکھ سکتے ہوئے خواتین حضرات نوید ادھر آئیے گا ذرا
یہی سامان کافی عرصے دا خواتین حضرات اتنا دیے اہل علاقہ جی سب دسے کہ بھائی وہ آدھن کے سامان اپنا چھوڑ تے لگے وے وال سامان چاون بھی وہ نہیں آتے لوگ جی 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 ہاں پہلے بھی عامر بھائی انہیں ذکر تھی چکے ہڈیاں اور گوبر انہوں کی خوراک ہے اور اچھا ایک بی گال فاروق بھائی میرے ذہن سے چڑھتی پی ہے یہ تھی سکتے کہ اتنا مسلسل انہوں کا ڈیرا نہ ہو جویں اے اتنا گوبر پیے تھی سکتے کہ وہ اپنی خوراک چاون کی آدھے ہو اور جڑا موجود ہوں اتنا اندر کوئی اثر تھی گیا یا اچھا یہ مسلسل سارے سر پہ موجود ہے پرندہ لگتا ہے جی میں انہوں کا کچھ چوکیدار ہو مقصد ہے کہ صرف آمدن اپنے ٹائم نہ لائے کئی جگہ تے ایویں ہوندے عامر بھائی مستقل نہیں رہ جی ہاں مستقل کئی جگہ تے نہیں رہندے آئے اور اپنا جو ہی انہاں دا نظام ہے کھیت اندر پرلے پاسو ویندے سے انشاء اللہ تعالی کیوں کوئی تھوڑا میں کھلے گا بالکل راستہ بن اندر بن اندر جی ہاں جی ہاں اچھا اے ہن تھوڑا جا ساکو ویٹ کرنا پو سی اگر ایتھا کوئی شے ہے تا او ساکو اگر ایتھا کوئی شے ہے کیا ہے فاروق ہیں پاسوں اترے پاسوں پھر تے ذرا ویندے سے انشاءاللہ اللہ اکبر کبیرہ تو شروع شروع آئے سے نا اتھو بندہ لنگا پہ یہ بڑا عجیب نظر نال میرے کو دیکھے مطلب وہ خود بندہ بڑا ہیبت ناک کئی چلو وہ جو بھی ہے انسان ہے غیر مرئی مخلوق ہے اندر نال دس پنجا تک کروں ہاں خواتین حضرات یہ تو دیتے پے ہی کمرے سامان موجود ہے اور کافی سارا سامان موجود ہے اچھا ایک تالا شالا نہ پرلے پاسے ہے نہ ہی پاسے ہے اساں اندے اندر ہی بانتے دیکھ سو ذرا اچھا ایک بی گال یہ ہے کہ ہی مخلوق دا وجود ارتعاش پیدا کریں گے اندر جی میں وہ اپنے سول میں ستار میں اپیسوڈ ہے شیشے پھٹ گئے یہ میں کو ہوں طرح دا شاخصانہ لگتا پی خیر دے دے سے کافی قیمتی چیز ہے پین لیکن اس سندے پین کی پاس کوئی آمن کی ضرورت ہی نہیں کرے گا اچھا اور ول ایک مزیدار گال یہ ہے بیٹری پکڑو ذرا ڈیوائس پکڑو مزیدار گال یہ ہے کہ دروازیاں کو لاک نہیں جڑی سامان قیمتی ہے دروازیاں کو لاک کے نہیں اور جی اہل علاقہ سندے پہ ہیں کہ یہ پاس تو آندا ہی کوئی نہیں وہ آدھے اتنا واقعہ تھی چلے جہاں بھی اتنا آدھے اتنے پریشان بھی کریں شاہ صاحب اگر اتنا کوئی ہے نہ تو یہ چیز بڑی خطرناک انہوں نے آخے کہ جہاں بندہ اتنا ڈر تے بندے وہ بستی ہے جی کوارٹر جی آسو پاسو باہر کوارٹر ہی ہیں بندے رہتے ہیں لیکن وہ اتنا کا نہیں رہتا فاروق بھائی یہ چیز ہوں خطرناک ہے
ਸਭ ਤੋਂ ਵੱਡਾ ਜਿਹੜਾ ਨਿਜ਼ਾਮ ਇਹ ਹੈ ਕਿ ਅਸਾਂ ਇਹਨਾਂ ਨੂੰ ਨਹੀਂ ਦੇਖ ਸਕਦੇ, ਇਹ ਦੇਖ ਸਕਦੇ ਹੈ। ਮਤਲਬ ਇਹਨਾਂ ਦੀ ਸਭ ਤੋਂ ਵੱਡੀ ਤਾਕਤ ਇਹ ਹੈ ਕਿ ਇਹ ਪਸੇ ਪਰਦਾ ਹੈ, ਅਸਾਂ ਸਾਹਮਣੇ ਹੀ ਸੀ ਔਰ ਸਾਕੂੰ ਇਹ ਖੁਦਾ ਨਾ ਖਾਸਤਾ ਅੱਲਾਹ ਨਾ ਕਰੇ ਕਿਸੇ ਆਮ ਇਨਸਾਨ ਕੋ ਇਹ ਫੌਰੀ ਗ੍ਰਿਫਤ 'ਚ ਵੀ ਕਰ ਸਕਦੇ ਹੈ। ਖੈਰ ਬਿਸਮਿਲ੍ਲਾਹਿ ਰਹਿਮਾਨਿ ਰਹੀਮ। ਅੱਛਾ ਇਹ ਹੁਣ ਥੋੜ੍ਹਾ ਜਿਹਾ ਸਾਨੂੰ ਵੇਟ ਕਰਨਾ ਪਊ ਸੀ, ਅਗਰ ਇੱਥਾਂ ਕੋਈ ਸ਼ੈ ਹੈ ਤਾਂ ਉਹ ਸਾਨੂੰ ਅਗਰ ਇੱਥਾਂ ਕੋਈ ਸ਼ੈ ਹੈ ਤਾਂ ਉਹ ਸਾਨੂੰ ਕਿਆ ਹੈ ਫਾਰੂਕ ਕੈਮਰੇ 'ਚ ਨਜ਼ਰ ਆਉਂਦੀ ਪਈ ਜਿਵੇਂ ਧੂੰਆਂ ਨਹੀਂ ਹੁੰਦਾ ਕੀ ਬੜੀ ਖਤਰਨਾਕ ਸ਼ਿਕਾਰ ਹੈ ਪੁਕਾਰ ਸਾਂਪ ਦੀ ਲੈ ਦਿਓ ਪੁਕਾਰ ਬਣ ਲੈਂਦੀ ਪਈ ਹੈ। ਅੱਛਾ ਇੱਕ ਵਲਪ ਕੈਪਚਰ ਕਰਦੇ ਸੀ ਅੱਲਾ ਕਰੇ ਕਿ ਇਹ ਹੁਣ ਆਵੇ। ਅੱਛਾ ਫਾਰੂਕ ਇੱਕ ਬਈ ਗੱਲ ਇਹ ਹੈ ਆਪਣੇ ਕੈਮਰੇ ਤੁਸੀਂ ਸਾਰੇ ਇਜ਼ੀ ਰੱਖੋ, ਇਹ ਵੀ ਥੀ ਸਕਦੇ ਕਿ ਉਹ ਸਾਡੇ ਨਾਲ ਕੋਈ ਸ਼ਰਾਰਤ ਨਾ ਕਰੇ। ਮੇਕੋ ਇਥਾ ਨਜ਼ਰ ਆਈਏ ਯਾਰ ਇਹ ਦੇਖੋ ਖਵਾਤੀਨੋ ਹਜ਼ਰਾਤ ਤੁਸਾਂ ਅੱਲਾਹ ਕਰੇ ਕਿ ਕੈਮਰਾ ਰਿਕਾਰਡਿੰਗ ਪੇ ਜੀ ਹਾਂ ਇਹ ਦੇਖੋ ਅੱਲਾਹੁ ਅਕਬਰ ਜੀ ਹਾਂ ਅੱਛਾ ਇਹ ਆਮਿਰ ਪੜ੍ਹਨ ਦੇ ਨਾਲ ਮੇਰਾ ਹਲਕ ਮੇਰਾ ਖੁਸ਼ਕ ਥੀ ਗਏ ਔਰ ਇਹ ਹੂੰ ਵੀ ਲਈ ਹੈ ਪੜ੍ਹਨ ਪੈ ਪਏ ਨਾ ਜੀ ਹਾਂ ਇਵੇਂ ਪਹਿਲੇ ਨਾ ਤੂੰ ਮੋਟਾ ਜਿਹਾ ਇਵੇਂ ਇਵੇਂ ਆਏ ਥਾਂ ਇਹ ਤਾਂ ਆ ਤੇ ਦੁਬਾਰਾ ਵਾਲ ਵਾਪਸ ਗਿਆ ਵਲ ਮੇਰੇ ਕੈਮਰੇ 'ਚ ਜੀ ਹਾਂ ਤੁਸਾਂ ਆਪਣੇ ਕੈਮਰੇ ਮੈਂ ਇਹੋ ਆਦਾ ਪਿਆ ਕਿ ਬਿਲਕੁਲ ਈਜ਼ੀ ਰੱਖਾਏ ਔਰ ਇਹ ਹੀ ਥੀ ਸਕਦੇ ਹੋ ਗਏ ਠੀਕ ਆ ਚਲਾ ਗਈ ਹੁਣ ਕਿਆ ਨਹੀਂ ਅੱਛਾ ਚਲੋ ਅਜੇ ਸਾਡੇ ਕੋਲ ਪਰਲੀ ਜਾ ਆਈ ਹੈ। ਅੱਛਾ ਇਹ ਆਮਿਰ ਥੀ ਸਕਦੇ ਕਿ ਉਹ ਸਾਡੇ ਸਾਹਮਣੇ ਸਾਰੇ ਨਾਲ ਕੋਈ ਸ਼ਰਾਰਤ ਨਾ ਕਰੇ ਸਾਕੂ ਨਾ ਨਜ਼ਰ ਆਵੇ ਮਗਰ ਕੈਮਰੇ ਦੀ ਅੱਖ ਉਹਨੂੰ ਸੂਰਤ ਵਿੱਚ ਕੈਪਚਰ ਕਰ ਗਏ। ਇਹ ਜਿਹੜਾ ਅਸਾਂ ਜਿੱਥੇ ਖਵਾਤੀਨ ਹਜ਼ਰਾਤ ਅੱਲਾ ਖੜਾ ਜਾਣਦਾ ਹੀ ਵੇ ਵੱਲਾ ਇਹ ਅਜੀਬ ਹੈ ਜਿਹੜੇ ਵਕਤ 'ਚ ਉਹ ਮੈਂ ਪੜ੍ਹੇ ਹਾਲਤ ਮੇਰਾ ਖੁਸ਼ ਥੀਂਦਾ ਪਿਆ ਇਹ ਵਾਸਤੇ ਕਿ ਉਹ ਬੜੀ ਸਖਤ ਪੜ੍ਹਾਈ ਹੈ ਜਿਹੜੀ ਮੈਂ ਇਹ ਹੁਣੇ ਕੀਤੀ ਹੈ ਹੀ ਮਖਲੂਕ ਨੂੰ ਸੱਦਨ ਕੀਤੇ ਤਾਂ ਉਹਦੇ ਨਾਲ ਹਲਕ ਖੁਸ਼ਕ ਔਰ ਤਬੀਅਤ 'ਚ ਨਕਾਹਤ ਔਰ ਕਾਫੀ ਮੈਨੂੰ ਗਰਮੀ ਲੱਗਦੀ ਪਈ ਹੈ। ਖੈਰ ਆਖਣ ਦਾ ਮਕਸਦ ਇਹ ਹੈ ਕਿ ਇਵੇਂ ਵੀ ਕਾਫੀ ਸਾਰੇ ਪ੍ਰੋਗਰਾਮ ਇਹੋ ਜਿਹੇ ਹਨ ਜਿਹਨਾਂ ਕੋਲ ਅਸਾਂ ਬਾਅਦ ਵਿੱਚ ਮੈਂ ਡਿੱਠੇ ਇੱਕ ਤਾਂ ਮੇਰੇ ਕੋਲ ਟਾਈਮ ਨਹੀਂ ਹੁੰਦਾ ਆਪਣਾ ਪ੍ਰੋਗਰਾਮ ਦੇਖਣ ਕੀਤੇ ਅੱਛਾ ਉਹਨਾਂ ਕੋਲ ਬਾਅਦ ਵਿੱਚ ਡਿੱਠੇ ਐਡੀਟਰ ਦੀਆਂ ਨਜ਼ਰਾਂ ਤੋਂ ਉਹ ਓਝਲ ਰਹਿ ਕੇ ਇਹ ਚੀਜ਼ ਅੱਛਾ ਕਈ ਵੀਵਰਸ ਵੀ ਇਹੋ ਜਿਹੇ ਹਨ ਉਹਨਾਂ ਉਹਦੀ ਨਿਸ਼ਾਨਦੇਹੀ ਕੀਤੀ ਹੈ ਮਗਰ ਸਾਡੀ ਅੱਖ ਉਕੂੰ ਉਹ ਵੇਲੇ ਨਹੀਂ ਸਮਝ ਸਕੀ ਸਾਡੀ ਸੋਝ ਉਕੂੰ ਨਹੀਂ ਪਕੜ ਸਕੀ ਮਗਰ ਕੈਮਰੇ ਦੀ ਅੱਖ ਉਕੂੰ ਕੈਪਚਰ ਕਰ ਕੀਤੀ ਤਾਂ ਥੀ ਸਕਦੇ ਕਿ ਇੱਥਾਂ ਵੀ ਕੁਝ ਇਹੋ ਜਿਹਾ ਨਿਜ਼ਾਮ ਹੋਵੇ ਕਿ ਜਿਹੜਾ ਅਸਾਂ ਮਹਿਸੂਸ ਨਾ ਕਰ ਸਕੂੰ ਮਗਰ ਕੈਮਰਾ ਉਹ ਮਹਿਸੂਸ ਕਰ ਗਿੰਨੇ ਔਰ ਉਹ ਕੈਪਚਰ ਵੀ ਕਰ ਗਿੰਨੇ ਜਿਵੇਂ ਕਿ ਫਾਰੂਕ ਭਾਈ ਦੇ ਕੈਮਰੇ ਉਹ ਅਜੀਬ ਜਿਹਾ ਹਿਓਲਾ ਜਿਹਾ ਹੈ ਔਰ ਯਕੀਨ ਕਰੋ ਕਿ ਉਹਦੇ ਸੈਂਟਰ 'ਚ ਇਵੇਂ ਮੇਰੇ ਕੋਲ ਲੱਗਦਾ ਪਿਆ ਹੈ ਜਿਵੇਂ ਖੋਪੜੀ ਹੁੰਦੀ ਹੈ ਨਾ
खोपड़ी इवें बिल्कुल इवें मतलब ही तरह का योला हों बड़ी वजाहत के नाल उतना नजर आता पाया है तो एडिटिंग देख सूँ कि अल्लाह करे कि वह इवें का इवें ही मौजूद हो गए। अच्छा बस इो ख्याल रखे सो कि सब ठूं बिछू कलू जी हाँ महू अजीब पुकार है प्रोग्राम शुरू करने पहले बंदा आया खड़े आके तो सब महू है ये खातिन हजरा दे गिनो के कुंडियां लगी हुई हैं अंदरों शीशे त्रुटे हुए हैं और खोलो जरा खवातीन हजरात इंदा आखरी कमरा इंदे उत्ते ओ के लाते वाले इंदे ते कारा में अच्छा एक बेई जड़ी गाल है फारूक भाई ये तुसा देखो कि ए पुरान एकू असा आते खोला है जड़े वक्त आए से सब तो पहले असा ही कमरे को चेक किया है कि इतना असर क्या है यार दरवाजा हिलता पे परला अच्छा ए खवातीन हज़रात तुसन देख सकदे वे अच्छा इत्थे कोई सामान कोई नहीं सामान कोई नहीं इत्थे ओदी को पटन दी कोशिश कीती गई देखो इने दीवारा जी और ए सादे हिस्से त इयो जी जई आंदी हैं जड़ियां के उजड़ियां पुजड़ियां होंदी हैं और उना दी छत नहीं होंदी अक्सर ओ पेस्तर है ना बिल्कुल वो शाह साहब ये है ना कि अगर कहें कोई मकान ही हो जाए और उसको खत्म करना चाहिए आमिर कितना है मैं तो आमिर है ओए अल्लाह का हदी नाल रो यार परेशान कर दी तेरे को अच्छा ये जी इमारत को पटन वासे जा रहे पहले छत को नु शुरू करे से और तीन आई में है कि मतलब है कुडू कड़ियां पटियां उन्हें बाद कहने की जरूरत नहीं थी उन्हें तो बाद जरूरत कहनी थी एक को दिखाओ जरा खवातीन हजरात जितने सब प्रोग्राम ही तरह से जाई थे भारी जाई थे ऐसा कीते हैं उन्होंने छत को पटन की कोशिश की थी मगर वाल उठाई वो छुट गई बिजली की वायरिंग देखो ना कितनी पुरानी है भैया ये बहुत पुराना स्टाइल है लकड़ी वाला मतलब लकड़ी की पट्टी है पट्टी के उत्ते वाल उतारा इंदे उत्ते ओ के लाते वाल इंदे ते तारा में इंदा दा मतलब है कि शाह साहब बहुत पुरानी इमारत है अच्छा एक बेई जड़ी गाल है फारूक भाई ये तो सा देखो कि ए पुराना जी कुछ डिठा है अल्लाह अकबर खवातीन हजरात ये तुसा देखो जरा ये परले पास जितना अस गए से शुरू किए प्रोग्राम ये परिंदा उत्थां भी साढ़े सिर ते ही मौजूद है और इत्थां भी साढ़े सिर ते मौजूद है रेड थी की जात है अल्लाह दी अमान होवे हक अल्लाह शसे पे क्या वजह से चिड़िया जड़ी है ना बार बार ਉਹੀ ਚਿੜੀਆ ਸਭ ਤੀਜੀ ਜਗ੍ਹਾ ਤੇ ਉਹ ਨਜ਼ਰ ਆ ਰਹੀ ਹੈ ਜੀ ਹਾਂ ਜੀ ਮੈਂ ਤਾਂ ਕੋ ਦੱਸ ਨਹੀਂ ਵੀ ਜਿਵੇਂ ਸ਼ਾਹ ਸਾਹਿਬ ਦੱਸਣੇ ਕਿ ਇਹਨਾਂ ਦੀ ਖਾਵਣ ਦੀ ਅਗਰ ਕੋਈ ਜਗ੍ਹਾ ਹੈ ਤੇ ਉਹ ਚੌਕੀਦਾਰ ਹੈ ਅੱਛਾ ਪੋਸੀਬਲ ਹੈ ਜਿਵੇਂ ਕਿ ਸਾਡੇ ਉਹ ਕਾਫੀ ਸਾਰੇ ਲੋਕ ਸਾਡੇ ਮੁਹਾਫਜ਼ ਹੁੰਦੇ ਨੇ ਜਾਨਵਰਾਂ ਕੋ ਅਸਾਂ ਜਿਵੇਂ ਕੁੱਤਾ ਮੁਹਾਫਜ਼ ਹੈ ਉਹ ਕੋ ਰੱਖ ਸਕਦੇ ਇਸੇ ਥੀ ਸਕਦੇ ਕਿ ਇਹ ਜਿਹੜੀ ਚਿੜੀਆ ਹੈ ਚਿੜੀਆ ਨਹੀਂ ਹੈ ਕੋ ਬੀਆ ਜਾਨਵਰ ਹਾਂ ਚਿੜੀਆ ਕਹਿੰਦੀ ਹੈ ਚਿੜੀਆ ਦੀ ਤਰ੍ਹਾਂ ਦੀ ਕੋਈ ਚੀਜ਼ ਐਸੀ ਹੈ ਭਾਈ ਇਹਨੀ ਚੂੰਚ ਹੀ ਲੰਬੀ ਖਵਾਤੀਨ ਹਜ਼ਰਾਤ ਇਨਵੈਸਟੀਗੇਸ਼ਨ ਅਸਾਂ ਕਰ ਕੀਤੀ ਪਰ ਮੈਂ ਜਿਹੜੇ ਨਤੀਜੇ 'ਤੇ ਪਹੁੰਚਾਂ ਉਹ ਇਹ ਹੈ ਕਿ
ਵੱਡੀ ਅੱਖ ਰੱਬ ਦੀ ਹੈ, ਉਹ ਕਾਦਰੇ ਮੁਤਲਿਕ ਹੈ, ਗੈਬ ਦੇ ਤਮਾਮ ਤਰ ਇਲਮ ਉਹਦੀ ਦਸਤਰਸ ਵਿੱਚ, ਉਹਦੀ ਮਲਕੀਅਤ ਹੈ। ਬੰਦਾ ਉਹ ਕੁਝ ਦੇਖ ਸਕਦੇ ਜਿਤਨੀ ਮੇਰੀ ਅੱਖ ਦੀ ਹੱਦ ਦੇ, ਮੇਰੀ ਬਸਾਰਤ ਦੀ ਔਰ ਮੇਰੀ ਬਸੀਰਤ ਦੀ ਹੱਦ ਦੇ। ਮੈਨੂੰ ਇਹ ਲੱਗਦੇ ਕਿ ਇੱਥਾਂ ਕੋਈ ਪ੍ਰੋਪਰ ਇਹਨਾਂ ਦਾ ਬਸੇਰਾ ਕਹਿ ਨਹੀਂ, ਜਿਵੇਂ ਕਿ ਉਹ ਗੋਬਰ ਵਗੈਰਾ ਮੌਜੂਦ ਹੈ ਉੱਥਾਂ, ਉਹ ਵੀ ਕਾਫੀ ਅਰਸੇ ਦਾ ਇਵੇਂ ਪੀਏ ਈਂਧਨ ਹੈ, ਬਾਲਣ ਦੇ ਕੰਮ ਆ ਸਕਦੇ, ਮਗਰ ਉਹ ਕੋਈ ਕਹਿ ਨਹੀਂ ਚਾਹਤਾ, ਹੀ ਖੌਫ ਹੀ ਡਰ ਦੀ ਵਜ੍ਹਾ ਤੋਂ ਹੀ ਕਮਰੇ ਸਮਾਨ ਕਾਫੀ ਸਾਰਾ ਪੀਏ, ਉਹਨਾਂ ਉਹ ਕੋਈ ਵੀ ਨਹੀਂ ਚਾਹਤਾ ਔਰ ਤਾਲੇ ਵੀ ਕੋਈ ਨਹੀਂ ਲੱਗੇ। ਮਤਲਬ ਇਹ ਬੜੀ ਹੈਰਾਨ ਕੁੰਨ ਗੱਲ ਹੈ ਕਿ ਨਹੀਂ ਪਾਸੇ ਤਾਲੇ ਕੋਈ ਨਹੀਂ ਔਰ ਕੀਮਤੀ ਸਮਾਨ ਇੱਥਾਂ ਪੀਏ। ਖੈਰ ਮੇਰੇ ਇਨਵੈਸਟੀਗੇਸ਼ਨ ਇਹ ਆਦੀ ਹੈ, ਅੱਲਾ ਕੋ ਹਾਜ਼ਰ ਨਜ਼ਰ ਜਾਣ 'ਤੇ ਆਦਾਂ ਕਿ ਇੱਥਾਂ ਹੀ ਸ਼ਾਇਦ ਕੋਈ ਪੱਕਾ ਵਜੂਦ ਕਹਿ ਨਹੀਂ। ਇੱਥ ਹੀ ਸਕਦੇ ਕਿ ਜਿਵੇਂ ਕਿ ਗੋਬਰ ਪੀਏ ਉਹਨਾਂ ਦੀ ਖੁਰਾਕ ਹੈ, ਉਹ ਆਪਣੀ ਖੁਰਾਕ ਚਾਵਣ ਕੀਤੇ ਜਾਂ ਇਵੇਂ ਫੇਰਾ ਪਾਵਣ ਕੀਤੇ ਆਵਣ, ਜਾਂ ਇਹ ਥੀ ਸਕਦੇ ਕਿ ਜਿਹੜੇ ਵਕਤ 'ਚ ਉਹ ਗੈਰ ਮਰੀ ਮਖਲੂਕ ਇੱਥਾਂ ਆਈ ਹੈ, ਇੱਥਾਂ ਦੇ ਰਹਿਸ਼ੀਆਂ ਕੋ ਮਹਿਸੂਸ ਥੀ ਕਿ ਉਹਨਾਂ ਛੋੜ ਦਿੱਤੇ, ਵੱਲ ਇਹਦੇ ਇਲਾਕਾ ਜਿਹੜੀ ਗੱਲ ਸੁਣੀ ਸੁਣਾਈ ਜਿਵੇਂ ਉਹ ਸੁਣਦੇ। ਅੱਛਾ ਬਈ ਗੱਲ ਇਹ ਹੈ ਕਿ ਇਤਨੀ ਹੁੰਦੀ ਹੈ ਉਹ ਜਿਹੜੇ ਵਕਤ 'ਚ ਮੇਰੇ ਕੋਲੋਂ ਨਿਕਲ ਗਈ ਉਹ ਵੱਲ ਇਤਨੀ ਥੀ ਵੈਂਦੀ, ਇਹ ਵੀ ਥੀ ਵੈਂਦਾ। ਤਾਂ ਖੈਰ ਸੱਚੀ ਅਤੇ ਖਰੀ ਗੱਲ ਇਹ ਹੈ ਕਿ ਜਿਹੜੀ ਮੈਂ ਪੜ੍ਹਾਈ ਪਰਲੇ ਕਮਰੇ 'ਚ ਕੀਤੀ ਹੈ ਉਹ ਇਤਨੀ ਸਖਤ ਪੜ੍ਹਾਈ ਹੈ ਕਿ ਉਹਦੇ ਨਾਲ ਫੌਰੀ ਫੌਰੀ ਇਹ ਚੀਜ਼ਾਂ ਅਗਰ ਉਰੇ ਪਰੇ ਹਨ ਤਾਂ ਹਾਜ਼ਰ ਥੀ ਵੈਂਦੀਆਂ ਹਨ। ਔਰ ਇਹ ਵੀ ਜਿਵੇਂ ਮੈਂ ਤੁਹਾਨੂੰ ਪ੍ਰੋਗਰਾਮ ਦੇ ਦੌਰਾਨ ਮੈਂ ਦੱਸਿੰਦਾ ਪਈਆਂ ਹਾਂ ਕਿ ਕਈ ਜਿਹੜੀ ਮਖਲੂਕ ਹੈ ਉਹਨਾਂ ਦੇ ਕਈ ਅਫਰਾਦ ਇਹੋ ਜਿਹੇ ਹੁੰਦੇ ਕਿ ਉਹ ਸਾਹਮਣੇ ਜ਼ਹਿਰ ਨਹੀਂ ਥੀਂਦੇ, ਮਗਰ ਇਹਦੇ ਵਿੱਚ ਉਹ ਜਿਹੜੀ ਫਾਰੂਕ ਭਾਈ ਦੇ ਕੈਮਰੇ 'ਚ ਮੇਰੇ ਪੜ੍ਹਨ ਤੋਂ ਬਾਅਦ ਜਿਹੜੀ ਚੀਜ਼ ਆਈ ਹੈ ਉਹ ਕਾਫੀ ਖੌਫਨਾਕ ਆਈ। ਮੈਂ ਉਹ ਦੇਖਦਾ ਪਈਆਂ ਹਾਂ ਉਹ ਵੇਂਦੀ ਹੈ ਗੈਬ ਗੈਬ ਥੀ ਵੇਂਦੀ ਹੈ, ਵੱਲ ਆ ਗਈ ਹੈ ਦੋ ਮਰਤਬਾ ਗੈਬ ਥੀ ਇਵੇਂ ਨਾ। ਖੈਰ ਮੇਰੀ ਪੂਰੀ ਕੋਸ਼ਿਸ਼ ਹੋ ਸੀ ਇਹਦੇ ਇਲਾਕਾ ਦੇ ਦਿਲ ਦੇ ਵਿੱਚੋਂ ਹੀ ਜ਼ਿਆਦਾ ਵਹਿਮ ਕੱਢੂੰ, ਔਰ ਮੇਰੀ ਇਹ ਵੀ ਕੋਸ਼ਿਸ਼ ਹੋ ਸੀ ਇਨਸ਼ਾਅੱਲਾ ਇੱਥਾਂ ਜਿਹੜੇ ਦਾਇਰੇ ਕੜੇ ਮੈਨੂੰ ਮੇਰੇ ਘਰੋਂ ਮੇਰੇ ਪੀਰ ਉਸਤਾਦ ਮੈਨੂੰ ਮੇਰੇ ਅਸਾਤਜ਼ਾ ਅਨਾਇਤ ਕੀਤੇ ਹਨ ਉਹ ਹੀ ਮੈਂ ਕਰਤੇ ਮੰਨਾਂ, ਤਾਂ ਕਿ ਇੱਥੋਂ ਦੇ ਲੋਕ ਜਿਹੜੇ ਹਨ ਹੀ ਮਖਲੂਕ ਦੇ ਸ਼ਰ ਤੋਂ ਮਹਿਫੂਜ਼ ਰਹਿਣ। ਖਵਾਤੀਨ ਹਜ਼ਰਾਤ, ਸੱਚਾਈ ਜਿਹੜੀ ਹੈ ਉਹ ਅੱਲਾਹ ਦੀ ਮਿਹਰਬਾਨੀ ਨਾਲ ਬਿਆਨ ਕੀਤੀ ਹੈ। ਤਾਂ ਪ੍ਰੋਗਰਾਮ ਦਾ ਟਾਈਮ ਜਿਵੇਂ ਕਿ ਤੁਹਾਨੂੰ ਪਤਾ ਕਲੀਲ ਹੈ, ਕਾਫੀ ਸਾਰੇ ਲੋਕ ਇੱਕ ਵਧਾਵਣ ਦਾ ਯਾਦ ਪੈਣ, ਇਹਦੇ 'ਤੇ ਜ਼ਰੂਰ ਗੌਰ ਕਰੇ ਸੋ ਇਨਸ਼ਾ ਅੱਲਾਹ ਤਾਲਾ। ਔਰ ਆਪਣੇ ਮੇਜ਼ਬਾਨ ਸ਼ਾਹ ਮਨਸੂਰੁਲ ਹੱਕ ਔਰ ਆਮਿਰ ਚਿਸ਼ਤੀ ਕੋ ਜੀ ਫਾਰੂਕ ਮਲਿਕ ਕੋ ਇਜਾਜ਼ਤ ਦੇ ਸੋ ਔਰ ਆਪਣੇ ਕਮੈਂਟਸ ਦੇਵਣ ਬਿਲਕੁਲ ਨਾ ਭੁੱਲੋ। ਇਨਸ਼ਾ ਅੱਲਾਹ ਤਾਲਾ ਅਗਲੇ ਐਪੀਸੋਡ ਦੇ ਨਾਲ ਜ਼ਰੂਰ ਮੁਲਾਕਾਤ ਥੀ ਸੀ, ਉਹਦੇ ਬਾਰੇ ਮੈਂ ਥੋੜ੍ਹਾ ਜਿਹਾ ਤਾਰਫ ਕਰਵਾਵਾਂ। ਕੇ ਪੀ ਕੇ ਦਾ ਇੱਕ ਇਲਾਕਾ ਖਾਨਪੁਰ, ਉੱਥੋਂ ਸਾਨੂੰ ਇਨਵਾਈਟ ਕੀਤਾ ਗਿਆ, ਰਮੇਸ਼ ਸਾਹਿਬ ਹਨ ਉਹਨਾਂ ਸਾਨੂੰ ਮੈਨੂੰ ਉਹਨਾਂ ਚੈਲੇਂਜ ਨਹੀਂ ਕੀਤਾ, ਮੈਂ ਇਵੇਂ ਗਲਤ ਬਿਆਨ ਨਾ ਕਰੇ ਸਾਂ, ਮਗਰ ਪਾਕਿਸਤਾਨ ਦੀ ਜਿਤਨੀ ਟੀਮਾਂ ਇਹ ਕੰਮ ਕਰਨੀਆਂ ਪਈਆਂ ਹਨ ਉਹਨਾਂ ਕੋਲ ਉਹਨਾਂ ਚੈਲੇਂਜ ਕੀਤੇ, ਮੇਰੀ ਉਹਨਾਂ ਨਾਲ ਗੱਲ ਥਈ ਅਤੇ ਮੈਨੂੰ ਅਦਿਲ ਸ਼ਾਹ ਮੈਂ ਤੁਹਾਨੂੰ ਚੈਲੇਂਜ ਨਹੀਂ ਕਰ ਸਕਦਾ, ਮਗਰ ਮੈਂ ਯਕੀਨ ਨਾਲ ਆਦਾਂ ਕਿ ਤੁਸੀਂ ਇੱਥਾਂ ਪ੍ਰੋਗਰਾਮ ਨਾ ਕਰ ਸਕੋ। ਤਾਂ ਖੈਰ ਇਨਸ਼ਾ ਅੱਲਾਹ ਤਾਲਾ ਉੱਥਾਂ ਅਸਾਂ ਅਗਲਾ ਪ੍ਰੋਗਰਾਮ, ਮੇਰੀ ਪੂਰੀ ਕੋਸ਼ਿਸ਼ ਹੈ ਉਹ ਖਤਰਨਾਕ ਜਿਹੜੀ ਜਾ ਹੈ 250-300 ਸਾਲ ਪੁਰਾਣੇ ਖੰਡਰ ਉੱਥਾਂ ਗੁਸਤਾਨ, ਔਰ ਉੱਥਾਂ ਇਹਦੇ ਇਲਾਕਾ ਦਾ ਆਖਣ ਕਿ ਕੋਈ ਨਹੀਂ ਮੰਨ ਸਕਦਾ, ਤਾਂ ਅਸਾਂ ਉੱਥੋਂ ਜ਼ਰੂਰ ਵੇਸੂੰ ਅੱਲਾਹ ਦੀ ਮਦਦ ਉਹਦੀ ਤੌਫੀਕ ਦੇ ਨਾਲ। ਆਪਣੇ ਮੇਜ਼ਬਾਨ ਸ਼ਾਹ ਮਨਸੂਰੁਲ ਹੱਕ ਨੂੰ ਇਜਾਜ਼ਤ ਦੇ ਸੋ, ਆਪਣੀ ਦੁਆਈ ਦੇ ਵਿੱਚ ਵਸੇਬ ਟੀ ਵੀ ਦੀ ਪੂਰੀ ਟੀਮ ਕੋ ਔਰ ਰਾਜ਼ ਕਿਆ ਹੈ ਦੀ ਪੂਰੀ ਟੀਮ ਕੋ ਜ਼ਰੂਰ ਯਾਦ ਰਖਾਏ। ਅੱਲਾਹ ਹਾਫਿਜ਼, ਫੀ ਅਮਾਨਿੰਦਾ, ਅਸਲਾਮੁ ਅਲੈਕੁਮ ਵਰਹਮਤੁਲਲਾਹਿ ਵਬਰਕਾਤ।